ਅੱਜ ਅਸੀਂ ਕੜਾਹ ਪ੍ਰਸ਼ਾਦ ਤਿਆਰ ਕਰਨ ਜਾ ਰਹੇ ਹਾਂ। ਉਹਦੇ ਲਈ ਲੋੜੀਂਦੀ ਸਮੱਗਰੀ ਆਟਾ, ਖੰਡ, ਦੇਸੀ ਘੇ ਅਤੇ ਪਾਣੀ। ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਦੇਸੀ ਘੇ ਪਾਇਆ ਜਾ ਰਿਹਾ ਹੈ। ਜਿੱਦਾਂ ਹੀ ਘੇ ਗਰਮ ਹੋ ਜਾਊਗਾ ਉਦੇ ਅਸੀਂ ਇਹਦੇ ਵਿੱਚ ਆਟਾ ਐਡ ਕਰ ਦੇਵਾਂਗੇ। ਘੇ ਗਰਮ ਹੋ ਗਿਆ ਅਤੇ ਹੁਣ ਅਸੀਂ ਇਹਦੇ ਵਿੱਚ ਆਟਾ ਐਡ ਕਰ ਦਾਂਗੇ। ਲਗਾਤਾਰ ਚਲਾਉਂਦੇ ਰਹਾਂਗੇ ਤਾਂ ਕਿ ਨੀਚੇ ਨਾ ਲੱਗ ਜਾਵੇਗਾ, ਅਤੇ ਨਾਲ ਹੀ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹਾਂਗੇ। ਜਦੋਂ ਤੱਕ ਇਹ ਰਾਊਂਡ ਹੋ ਜਾਏਗਾ ਉਦੋਂ ਤੱਕ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਰਹਾਂਗੇ ਤਾਂ ਕਿ ਥੱਲੇ ਨਾ ਲੱਗ ਜਾਏ ਅਤੇ ਪ੍ਰੋਪਰ ਭੁੱਜ ਵੀ ਜਾਵੇ ਤਾਂ ਜੋ ਕੱਚੇਪਨ ਦਾ ਸਵਾਦ ਨਾ ਆਵੇ। ਇਸ ਟਾਈਮ ਭੁੱਜਣ ਦੀ ਬਹੁਤ ਸੋਹਣੀ ਸਮੈਲ ਆ ਰਹੀ ਹੈ। ਅਜੇ ਭੁੱਜ ਰਿਹਾ ਹੈ, ਜਦੋਂ ਪ੍ਰੋਪਰ ਭੁੱਜ ਜਾਏਗਾ ਤੇ ਸਾਈਡਾਂ ਤੋਂ ਘੀ ਛੱਡਣ ਲੱਗ ਜਾਏਗਾ ਅਤੇ ਆਪਾਂ ਨੂੰ ਪਤਾ ਲੱਗ ਜਾਣਾ। ਫਿਰ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ, ਸ਼ੂਗਰ ਐਡ ਕਰਾਂਗੇ। ਅੱਗੇ ਨਾਲੋਂ ਹੀ ਆਪਣਾ ਕਲਰ ਚੇਂਜ ਕਰ ਚੁੱਕਾ ਹੈ। ਹੁਣ ਆਪਾਂ ਇਹਦੇ ਵਿੱਚ ਸ਼ੂਗਰ ਪਾਵਾਂਗੇ,
ਮਿੱਠਾ ਆਪਣੇ ਸਵਾਦ ਦੇ ਅਨੁਸਾਰ ਤੁਸੀਂ ਪਾ ਸਕਦੇ ਹੋ, ਪਰ ਕਿਉਂਕਿ ਆਪਾਂ ਇੱਕ ਕੌਲੀ ਆਟੇ ਦੀ ਲਈ ਸੀ ਤਾਂ ਆਪਾਂ ਇੱਕ ਕੌਲੀ ਹੀ ਖੰਡ ਦੀ ਲੈ ਰਹੇ ਹਾਂ। ਥੋੜ੍ਹਾ ਜਿਹਾ ਗੈਸ ਘੱਟ ਕਰਕੇ ਇਹ ਪਾਣੀ ਐਡ ਕਰ ਦਾਂਗੇ। ਹੁਣ ਲਗਾਤਾਰ ਚਲਾਉਂਦੇ ਰਹਾਂਗੇ ਤਾਂ ਕਿ ਵਿੱਚ ਲੰਬ ਨਾ ਪੈ ਜਾਣ, ਨਹੀਂ ਤਾਂ ਗੁਠਲੀਆਂ ਵੱਜ ਜਾਣਗੀਆਂ ਤਾਂ ਫਿਰ ਲਗਾਤਾਰ ਚਲਾਉਣ ਦੇ ਨਾਲ ਉਹ ਠੀਕ ਹੋ ਜਾਣਗੇ। ਜਿਹੜਾ ਇੱਕਦਮ ਪਾਣੀ ਪਾਉਣ ਨਾਲ ਆਟੇ ਦਾ ਹੋ ਜਾਂਦਾ ਹੈ, ਲੰਬ ਨਾ ਪਾਓਗੇ। ਹੁਣ ਲਗਾਤਾਰ ਚਲਾਉਂਦੇ ਰਹਿਣਾ ਹੈ, ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਸੋਹਣਾ ਹੈ, ਸਮੈਲ ਵੀ ਬਹੁਤ ਪਿਆਰੀ ਆ ਰਹੀ। ਹਜ਼ਾਰ ਸਬਸਕ੍ਰਾਈਬਰ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਇਹ ਮਿੱਠਾ ਬਣਾਇਆ ਜਾ ਰਿਹਾ ਹੈ। ਬਾਬਾ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ, ਇਹ ਦਿਨ ਆਇਆ। ਇਸ ਕੜਾ ਪ੍ਰਸ਼ਾਦ ਨੂੰ ਮੇਰੇ ਮੰਮਾ ਤਿਆਰ ਕਰ ਰਹੇ ਨੇ। ਮੰਮਾ ਮੰਮ ਕੈਮਰੇ ਦੇ ਵਿੱਚ ਆਉਣ ਤੋਂ ਸ਼ਰਮਾ ਰਹੇ ਨੇ। ਦੇਖੋ ਹੁਣ ਉਹਨੇ ਘੀ ਛੱਡ ਦਿੱਤਾ ਅਤੇ ਇਹ ਨਾਲ ਨਾਲ ਘੁੰਮਣ ਲੱਗ ਗਿਆ। ਦੇਖ ਲਓ ਪ੍ਰਸ਼ਾਦ ਕੜਛੀ ਦੇ, ਇੱਦਾਂ ਹੀ ਉਹ ਇੱਕਦਮ ਕੜਾਹੀ ਦੇ ਕਿਨਾਰੇ ਛੱਡ ਦੂਗਾ ਜਦੋਂ। ਬਸ 1-2 ਮਿੰਟ ਦੇ ਵਿੱਚ ਕੜਾ ਪ੍ਰਸ਼ਾਦ ਰੈਡੀ ਆ, ਕਲਰ ਵੀ ਇੱਕਦਮ ਪ੍ਰੋਪਰ ਆ ਗਿਆ, ਘੀ ਵੀ ਛੱਡਣ ਲੱਗ ਗਿਆ, ਸਮੈਲ ਵੀ ਬਹੁਤ ਜ਼ਿਆਦਾ ਸੋਹਣੀ ਆ ਰਹੀ ਹੈ। ਇਸ ਖੁਸ਼ਬੂ ਨੂੰ ਤੁਸੀਂ ਵੀ ਫੀਲ ਕਰੋ ਅਤੇ ਆਪਣੇ ਆਪਣੇ ਘਰ ਦੇ ਵਿੱਚ ਕੜਾ ਪ੍ਰਸ਼ਾਦ ਬਣਾਓ ਇਸ ਲੋਕਡਾਊਨ ਦੇ ਵਿੱਚ ਅਤੇ ਖਾਓ, ਕਿਉਂਕਿ ਕੜਾ ਪ੍ਰਸ਼ਾਦ ਵੈਸੇ ਵੀ ਸਾਡੀ ਹੈਲਥ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੁੰਦਾ ਹੈ, ਬਹੁਤ ਤਾਕਤਵਰ ਹੈ ਇਹ ਖਾਣਾ। ਅਤੇ ਹੁਣ ਅਸੀਂ ਗੈਸ ਬੰਦ ਕਰ ਦਿੱਤਾ, ਇਹ ਆਲਮੋਸਟ ਰੈਡੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।